ਪਵਿੱਤਰ ਮਹਾਰਾਜ ਮੁਕਰਮ ਮਹੀਨੇ ਤੇ ਬਲਾਕ ਬੁੱਟ ਬਦਨੀ ਜ਼ਿਲ੍ਹਾ ਮੋਗਾ ਦੇ ਪਿੰਡ ਚੂੜਚੱਕ ਵਿਖੇ NRI ਗੁਰਸੇਵਕ ਸਿੰਘ ਇੰਸਾ ਕੈਨੇਡਾ ਵਾਲਿਆਂ ਦੇ ਗ੍ਰਹਿ ਵਿਖੇ ਨਾਮ ਚਰਚਾ ਕੀਤੀ ਗਈ। ਇਸ ਮੌਕੇ ਭੰਗੀਦਾਸ ਗੁਰਚਰਨ ਸਿੰਘ ਇੰਸਾ 15 ਮੈਂਬਰ ਨੇ ਦੱਸਿਆ ਕਿ ਪਵਿੱਤਰ ਮਹਾਰਾਜ ਮੁਕਰਮ ਮਹੀਨੇ ਨੂੰ ਸਾਧ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਉਂਦੀ ਹੈ। ਸਾਡੇ ਪਿੰਡ ਦੇ ਹੀ NRI ਗੁਰਸੇਵ ਇੰਸਾ ਦਾ ਪਰਿਵਾਰ ਕੈਨੇਡਾ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਅਤੇ ਇਹ ਪਰਿਵਾਰ ਜਿੱਥੇ ਕੈਨੇਡਾ ਵਿੱਚ ਵੀ ਗੁਰੂ ਜੀ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੇ ਹਨ, ਉੱਥੇ ਇਹਨਾਂ ਕਾਰਜਾਂ ਦੀ ਲੜੀ ਤਹਿਤ ਹੀ ਪਿੰਡ ਦੀ ਸਾਧ ਸੰਗਤ ਨੂੰ ਧਨ ਦੀ ਸੇਵਾ ਸਮੇਂ ਸਮੇਂ ਤੇ ਭੇਜਦੇ ਰਹਿੰਦੇ ਹਨ ਤੇ ਅੱਜ ਉਹਨਾਂ ਵੱਲੋਂ ਹੀ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਰੂਰਤਮੰਦਾਂ ਨੂੰ ਗਰਮ ਟੋਪੀਆਂ, ਮਾਸਕ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਸਾਧ ਸੰਗਤ ਮਨੁੱਖਤਾ ਦੇ ਭਲਾਈ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ। ਨਾਮ ਚਰਚਾ ਦੌਰਾਨ ਕੋਰੋਨਾ ਟੀਕਾਕਰਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹਦੇ ਬਾਰੇ ਜੀ ਪ੍ਰੇਮੀ ਗੁਰਸੇਵ ਸਿੰਘ ਨੇ ਇਹ ਧੰਨ ਦੀ ਸੇਵਾ ਕੀਤੀ ਔਰ ਅਸੀਂ ਆ ਸਾਰੀ ਸਾਧ ਸੰਗਤ ਦੇ ਵਿੱਚ ਜੋ ਵੀ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਅਸੀਂ ਟੋਪੀਆਂ, ਮਾਸਕ ਅਤੇ ਜੁਰਾਬਾਂ ਆਪਾਂ ਅੱਜ ਵੰਡੀਆਂ ਵਾ। ਇਹ ਜਿਸ ਤਰ੍ਹਾਂ ਕਿ ਮਾਨਤਾ ਭਲਾਈ ਦੇ ਕੰਮ ਚੱਲਦੇ ਦਰਬਾਰ ਸੱਚਾ ਸੌਦਾ ਦੇ ਵਿੱਚ ਔਰ ਪਿੰਡ ਦੀ ਸਾਧ ਸੰਗਤ ਸਾਰੀ ਮਾਨਤਾ ਭਲਾਈ ਦੇ ਕੰਮਾਂ ਦੇ ਵਿੱਚ ਪੂਰਾ ਤਨਦੇਹੀ ਦੇ ਨਾਲ ਪੂਰਾ ਸਹਿਯੋਗ ਦੇ ਰਹੀ ਹੈ ਜੀ। ਇੱਕ ਕਰੋਨਾ ਦਾ ਸਮਾਂ ਚੱਲਦਾ ਪਿਆ ਵੇ, ਜਿਵੇਂ ਗੁਰੂ ਜੀ ਨੇ ਹਾਲ ਹੀ ਵਿੱਚ ਸਾਧ ਸੰਗਤ ਨੂੰ ਇਹ ਨਿਰਦੇਸ਼ ਦਿੱਤੇ ਆ ਵੀ ਤੁਸੀਂ ਜਿਹੜੇ ਘਰ ਘਰ ਜਾ ਕੇ ਜਾਂ ਮਾਸਕ ਵੀ ਵੰਡਣੇ ਆ ਅਤੇ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਆ ਉਸ ਬਾਰੇ ਜਾਗਰੂਕ ਵੀ ਕਰਨਾ ਵਾ। ਤੁਹਾਡੇ ਪਿੰਡ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕਿੰਨੇ ਕੁ ਕਾਰਜ ਕਰ ਰਹੇ ਹੋ? ਅਸੀਂ ਤਕਰੀਬਨ ਸਾਰੇ ਕਾਰਜ ਜੋ ਦਰਬਾਰ ਵੱਲੋਂ ਚਲਾਏ ਗਏ ਆ ਜੀ ਉਹ ਸਾਰੇ ਕਰਦੇ ਹਾਂ। ਮਾਸਕ ਅੱਜ ਵੀ ਵੰਡਾਂਗੇ, ਪਹਿਲਾਂ ਵੀ ਵੰਡੇ ਆ ਅਤੇ ਜੋ ਵੀ ਮਾਨਤਾ ਭਲਾਈ ਦੇ ਕੰਮ ਚੱਲਦੇ ਆ ਸਾਰੀ ਸਾਧ ਸੰਗਤ ਮਿਲ ਕੇ ਪੂਰਾ ਤਨਦੇਹੀ ਦੇ ਨਾਲ ਅਸੀਂ ਨਿਭਾ ਰਹੇ ਹਾਂ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।